ਰੈੱਡ ਟੌਪ ਦੇ ਵਿੱਚ ਬਾਈ ਸੁਭਾਸ਼ ਫੂਡਸ, ਇਹਦੇ ਵਿੱਚੋਂ ਸਾਨੂੰ ਕੋਕਰੇਚ ਮਿਲਿਆ ਵਾ। ਅਤੇ ਮੈਂ ਖੁਦ ਇੱਕ ਵੈਜੀਟੇਰੀਅਨ ਬੰਦਾ ਵਾ, ਅੰਮ੍ਰਿਤ ਛਕਿਆ ਹੋਇਆ, ਅੰਮ੍ਰਿਤਧਾਰੀ ਸਿੰਘ ਆ। ਆਹ ਵੇਖੋ, ਆਹੋ ਮੇਰਾ ਗਾਤਰਾ, ਠੀਕ ਹੈ। ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਅਤੇ ਉਸ ਦੇ ਵਿੱਚ ਕੋਕਰੋਚ ਨਿਕਲਿਆ ਬਹੁਤ ਵੱਡਾ, ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਹਾਂ। ਅਤੇ ਜਿਮ ਲਵਰ ਸੈਲਡ ਆ, ਅਤੇ ਜਿਹੜੇ ਬੰਦੇ ਇੱਥੇ ਜਿਮ ਲਾ ਕੇ ਅਤੇ ਸੈਲਡ ਖਾਣ ਆਉਂਦੇ ਆ, ਉਹ ਫਿਰ ਕੀ ਖਾਣਗੇ? ਕੋਕਰੋਚ ਵੀ ਜਾਣਗੇ ਨਾਲ ਅਤੇ ਨਾਲ ਖੀਰੇ ਖੂਰੇ ਵੀ ਜਾਣਗੇ। ਇੱਕ ਮਸ਼ਹੂਰ ਫੂਡ ਸੈਂਟਰ ਦੇ ਖਾਣੇ 'ਚੋਂ ਕੋਕਰੋਚ ਮਿਲਿਆ। ਜਿਮ ਲਾਉਣ ਤੋਂ ਬਾਅਦ ਇਹ ਨੌਜਵਾਨ ਫੂਡ ਸੈਂਟਰ 'ਚ ਸੈਲਡ ਖਾਣ ਗਿਆ ਸੀ, ਜਿੱਥੋਂ ਕਿ ਇਸ ਨੌਜਵਾਨ ਦੇ ਸੈਲਡ ਵਿੱਚ ਮਰਿਆ ਹੋਇਆ ਕੋਕਰੋਚ ਨਿਕਲਿਆ, ਜਿਸ ਤੋਂ ਬਾਅਦ ਨੌਜਵਾਨ ਨੇ ਹੰਗਾਮਾ ਕਰ ਦਿੱਤਾ ਅਤੇ ਇਸ ਪੂਰੇ ਮਾਮਲੇ ਦੀ ਵੀਡੀਓ ਬਣਾ ਲਈ। ਅੱਜ ਅਸੀਂ ਮਜੀਠਾ ਰੋਡ ਆਏ ਹਾਂ, ਸੁਭਾਸ਼ ਬਾਈਟਸ ਕਰਕੇ ਆ ਇੱਥੇ, ਕੋਈ ਰੈੱਡ ਟੌਪ ਦੇ ਵਿੱਚ ਬਾਈ ਸੁਭਾਸ਼ ਫੂਡਸ, ਇਹਦੇ ਵਿੱਚੋਂ ਸਾਨੂੰ ਕੋਕਰੋਚ ਮਿਲਿਆ ਵਾ। ਆਹ ਦੇਖੋ, ਅਤੇ ਜਿਮ ਲਵਰ ਸੈਲਡ ਆ, ਅਤੇ ਜਿਹੜੇ ਬੰਦੇ ਇੱਥੇ ਜਿਮ ਲਾ ਕੇ ਅਤੇ ਸੈਲਡ ਖਾਣ ਆਉਂਦੇ ਆ, ਉਹ ਫਿਰ ਕੀ ਖਾਣਗੇ? ਕੋਕਰੋਚ ਵੀ ਜਾਣਗੇ ਨਾਲ ਅਤੇ ਨਾਲ ਖੀਰੇ ਖੂਰੇ ਵੀ ਜਾਣਗੇ। ਚਲੋ, ਇਹ 'ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਆਹ ਦੇਖੋ, ਬਰੈੱਡ ਟੌਪ ਬਾਈ ਸੁਭਾਸ਼ ਫੂਡਸ। ਤੇ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਹੈ, ਜਿੱਥੇ ਕਿ ਇੱਕ ਮਸ਼ਹੂਰ ਫੂਡ ਸੈਂਟਰ ਬਣਿਆ ਹੋਇਆ ਹੈ, ਜਿਸ ਵਿੱਚ ਕਿ ਜਿਮ ਲਵਰ ਸੈਲਡ ਵੇਚਿਆ ਜਾਂਦਾ ਹੈ। ਅਤੇ ਜਦੋਂ ਨੌਜਵਾਨ ਮਨਪ੍ਰੀਤ ਸਿੰਘ ਜਿਮ ਤੋਂ ਬਾਅਦ ਇਸ ਰੈਸਟੋਰੈਂਟ ਵਿੱਚ ਸੈਲਡ ਖਾਣ ਪਹੁੰਚਿਆ ਤਾਂ ਉਸ ਤੋਂ ਬਾਅਦ ਉਸ ਦੇ ਵਿੱਚ ਕੋਕਰੋਚ ਪਾਇਆ ਗਿਆ। ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਉਸਦੀ ਸਿਹਤ ਵਿਗੜਦੀ ਜਾਂ ਫਿਰ ਉਸ ਨੂੰ ਕੁਝ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਫੂਡ ਇੰਸਪੈਕਟਰ ਅਤੇ ਇਸ ਰੈਸਟੋਰੈਂਟ ਦਾ ਮਾਲਕ ਹੋਵੇਗਾ। ਨੌਜਵਾਨ ਨੇ ਰੈਸਟੋਰੈਂਟ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀਗੇ, ਜਿਮ ਤੋਂ ਸਿੱਧਾ ਮੈਂ ਆਇਆ ਇੱਥੇ, ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ, ਉਹ ਵੇਖੋ, ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ। ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ, ਮੈਂ ਕਿਹਾ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ। ਤੇ ਮੈਂ ਖੁਦ ਇੱਕ ਵੈਜੀਟੇਰੀਅਨ ਬੰਦਾ ਵਾ, ਅੰਮ੍ਰਿਤ ਛਕਿਆ ਹੋਇਆ, ਅੰਮ੍ਰਿਤਧਾਰੀ ਸਿੰਘ ਆ। ਆਹ ਵੇਖੋ, ਆਹੋ ਮੇਰਾ ਗਾਤਰਾ, ਠੀਕ ਹੈ। ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਅਤੇ ਉਸ ਦੇ ਵਿੱਚ ਕੋਕਰੋਚ ਨਿਕਲਿਆ ਬਹੁਤ ਵੱਡਾ, ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਹਾਂ, ਠੀਕ ਹੈ, ਉਹ ਤੁਹਾਨੂੰ ਵੀਡੀਓ ਸ਼ੋਅ ਹੋ ਜਾਏਗੀ। ਅਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇੰਸਪੈਕਟਰ ਆ, ਜਿਹੜੇ ਵੀ ਇਹੋ ਜਿਹੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲ੍ਹੇ ਹੋਏ ਆ, ਉੱਥੇ ਜਾ ਕੇ ਫੂਡ ਦੀ ਇੰਸਪੈਕਸ਼ਨ ਹੋਣੀ ਚਾਹੀਦੀ ਕਿ ਕੋਕਰੇ ਤੋਂ ਹੀ ਖਵਾਈ ਜਾਂਦੇ ਲੋਕਾਂ ਨੂੰ। ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ, ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ, ਹੈ ਨਾ। ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ, ਪੈਸੇ ਪੂਰੇ ਦੇਣੇ ਆ, ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ, ਖਾ ਕੇ ਕੋਈ ਬਿਮਾਰ ਹੁੰਦਾ ਕਿਉਂ ਜ਼ਿੰਮੇਵਾਰ ਹੈ? ਹਾਂ, ਮੈਂ ਵੀ ਗੱਲ ਕਹਿਣਾ ਚਾਹੁੰਦਾ, ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ, ਮੈਨੂੰ ਕੋਈ ਫੂਡ ਪੋਇਜ਼ਨਿੰਗ ਹੁੰਦੀ ਆ, ਤੇ ਉਹਦਾ ਜ਼ਿੰਮੇਵਾਰ ਕੌਣ ਆ? ਇਥੋਂ ਦਾ ਫੂਡ ਇੰਸਪੈਕਟਰ ਹੋਏਗਾ। ਇਹੋ ਜਿਹੜੇ ਰੈਸਟੋਰੈਂਟ ਨੇ, ਇਹ ਵੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ, ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ। ਤੇ ਅੱਜ ਜਦੋਂ ਆਏ ਆ ਤੇ ਕੋਕਰੋਚ ਉਹਦੇ ਵਿੱਚੋਂ ਐਡਾ ਮੋਟਾ ਨਿਕਲਿਆ ਵਾ, ਕਿੱਡੀ ਮਾੜੀ ਗੱਲ ਆ। ਬਿਲਕੁਲ ਜੀ, ਕਾਰਵਾਈ ਹੋਣੀ ਚਾਹੀਦੀ। ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ। ਜਦੋਂ ਤੁਸੀਂ ਤਿਆਰ ਕਰ, ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ, ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜ਼ੀ ਵਿੱਚ ਪਾਉਣੀ ਆ, ਸਬਜ਼ੀ ਦੇ ਨਾਲ ਨਾਲ ਵਿੱਚ ਅਸੀਂ ਕੀ ਪਾਈ ਜਾ ਰਹੇ, ਕੋਕਰੋਚ ਵੀ ਤੁਸੀਂ ਪਾ ਕੇ ਦਈ ਜਾਂਦੇ। ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਬੰਦੇ ਨੂੰ। ਤਾਂ ਦੱਸੀਏ ਕਿ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿੱਥੇ ਕਿ ਫੂਡ ਖਾਣ ਨਾਲ ਅਨੇਕਾਂ ਪ੍ਰਕਾਰ ਦੀਆਂ ਅਣਹੋਣੀਆਂ ਹੋ ਚੁੱਕੀਆਂ ਨੇ। ਪਟਿਆਲਾ ਵਿੱਚ
ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਸੀ, ਜਦਕਿ ਪਟਿਆਲਾ ਵਿੱਚ ਹੀ ਚੌਕਲੇਟ ਖਾਣ ਨਾਲ ਕੁਝ ਹੋਰ ਬੱਚਿਆਂ ਦੀ ਸਿਹਤ ਵੀ ਵਿਗੜ ਗਈ ਸੀ। ਅਤੇ ਬੀਤੇ ਦਿਨੀ ਸਮਰਾਲਾ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਿ ਇੱਕ ਪੀਜ਼ੇ ਵਿੱਚੋਂ ਕਾਕਰੋਚ ਮਿਲਿਆ ਸੀ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦਾ ਫੂਡ ਵਿਭਾਗ ਕੂਕ ਸੁੱਤਾ ਨਜ਼ਰ ਆਉਂਦਾ ਹੈ ਅਤੇ ਅਜਿਹੀਆਂ ਦੁਕਾਨਾਂ ਜਾਂ ਫਿਰ ਫੂਡ ਸੈਂਟਰਾਂ ਖਿਲਾਫ ਕੋਈ ਵੀ ਕਾਰਵਾਈ ਕਰਦਾ ਨਜ਼ਰ ਨਹੀਂ ਆ ਰਿਹਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ ਟੀਵੀ।